जब पंजाब बल रहा हो इन्हां दे लीडर जिहड़े राज्यसभा दे चुने ने मॉडलिंग करते होण इधरों ज्यादा शर्मनाक गल नहीं हो सकती। की बोलेगा राघव चड्ढा, की संदीप चाह पाठक बोलेगा? राघव चड्ढा आई बिलीव पता नहीं किहड़े लैक्मी दे ब्रांड वास्ते मॉडलिंग कर रहा सी। इसे करके असीं कहिंदे सी कि राज्यसभा नूं तुसीं नॉन पंजाबियों नूं बना के पंजाब दे नाल धक्का कर रहे हो। ਕਿੱਥੇ ਨੇ ਉਹ ਨੌਨ ਪੰਜਾਬੀ? ਅਸ਼ੋਕ ਮਿੱਤਲ ਵਿੱਚ ਜਾਨ ਹੈ ਕਿ ਬੀਜੇਪੀ ਦੇ ਇਸ ਫੈਸਲੇ ਦਾ ਵਿਰੋਧ ਕਰੇਗਾ? ਬਾਹਰ ਨਿਕਲ ਕੇ ਪਾਰਲੀਮੈਂਟ ਵਿੱਚ ਜਾ ਕੇ ਕਹੇਗਾ ਕਿ ਬੀਜੇਪੀ ਦਾ ਇਹ ਕੰਮ ਗੈਰ ਕਾਨੂੰਨੀ, ਗਲਤ, ਐਂਟੀ ਪੰਜਾਬ ਔਰ ਐਂਟੀ ਪੰਜਾਬੀ ਹੈ? ਕਿ ਜਿਹੜਾ ਉਹ ਇੱਕ ਹੋਰ ਬਣਾਇਆ ਇਹਨਾਂ ਨੇ ਤੀਸਰਾ ਕੋਈ ਪ੍ਰੋਪਰਟੀ ਡੀਲਰ ਲੁਧਿਆਣੇ ਚੋਂ ਚੱਕ ਕੇ ਦਿੱਲੀ ਜਿਹੜਾ ਰਹਿੰਦਾ ਬੋਲੇਗਾ? ਜਦ ਪੰਜਾਬ ਬਲ ਰਿਹਾ ਹੋਵੇ ਇਹਨਾਂ ਦੇ ਲੀਡਰ ਜਿਹੜੇ ਰਾਜ ਸਭਾ ਦੇ ਚੁਣੇ ਨੇ ਉਹ ਮਾਡਲਿੰਗ ਕਰਦੇ ਹੋਣ ਇਧਰੋਂ ਜ਼ਿਆਦਾ ਸ਼ਰਮਨਾਕ ਗੱਲ ਨਹੀਂ ਹੋ ਸਕਦੀ। ਰਾਘਵ ਚੱਡਾ ਆਈ ਬਿਲੀਵ ਪਤਾ ਨਹੀਂ ਕਿਹੜੇ ਲੈਕਮੀ ਦੇ ਬ੍ਰਾਂਡ ਵਾਸਤੇ ਮਾਡਲਿੰਗ ਕਰ ਰਿਹਾ ਸੀਗਾ। ਇਸੇ ਕਰਕੇ ਅਸੀਂ ਕਹਿੰਦੇ ਸੀ ਕਿ ਰਾਜ ਸਭਾ ਨੂੰ ਤੁਸੀਂ ਨੌਨ ਪੰਜਾਬੀਆਂ ਨੂੰ ਬਣਾ ਕੇ ਪੰਜਾਬ ਦੇ ਨਾਲ ਧੱਕਾ ਕਰ ਰਹੇ ਹੋ। ਕਿੱਥੇ ਨੇ ਉਹ ਨੌਨ ਪੰਜਾਬੀ? ਕੀ ਬੋਲੇਗਾ ਰਾਘਵ ਚੱਡਾ? ਕੀ ਸੰਦੀਪ ਚਾਹ ਪਾਠਕ ਬੋਲੇਗਾ? ਕੀ ਜਿਹੜਾ ਉਹ ਇੱਕ ਹੋਰ ਬਣਾਇਆ ਇਹਨਾਂ ਨੇ ਤੀਸਰਾ ਕੋਈ ਪ੍ਰੋਪਰਟੀ ਡੀਲਰ ਲੁਧਿਆਣੇ ਚੋਂ ਚੱਕ ਕੇ ਦਿੱਲੀ ਜਿਹੜਾ ਰਹਿੰਦਾ ਬੋਲੇਗਾ? ਕਿ ਅਸ਼ੋਕ ਮਿੱਤਲ ਵਿੱਚ ਜਾਨ ਹੈ ਕਿ ਬੀਜੇਪੀ ਦੇ ਇਸ ਫੈਸਲੇ ਦਾ ਵਿਰੋਧ ਕਰੇਗਾ? ਬਾਹਰ ਨਿਕਲ ਕੇ ਪਾਰਲੀਮੈਂਟ ਵਿੱਚ ਜਾ ਕੇ ਕਹੇਗਾ ਕਿ ਬੀਜੇਪੀ ਦਾ ਇਹ ਕੰਮ ਗੈਰ ਕਾਨੂੰਨੀ, ਗਲਤ, ਐਂਟੀ ਪੰਜਾਬ ਔਰ ਐਂਟੀ ਪੰਜਾਬੀ ਹੈ? ਕਦੇ ਵੀ ਨਹੀਂ ਬੋਲਣਗੇ ਭਰਾ। ਇਸ ਕਰਕੇ ਜਿਹੜਾ ਭਗਵੰਤ ਮਾਨ ਨੇ ਇਹ ਰਸਤਾ ਚੁਣਿਆ ਵਾ ਇਹ ਬਹੁਤ ਬਿਲੇਟਿਡ ਹੈ। ਅਗਰ ਉਹ ਇਸ ਨੂੰ ਰੋਲ ਬੈਕ ਨਹੀਂ ਕਰਾਉਣਗੇ ਤਾਂ ਮੈਂ ਸਮਝੂਗਾ ਕਿ ਉਹ ਬੀਜੇਪੀ ਦੇ ਸਹਾਇਕ ਬਣ ਕੇ ਬੀ ਟੀਮ ਦੇ ਵਜੋਂ ਕੰਮ ਕਰ ਰਹੇ ਨੇ। ਇਹਦੇ ਲਈ ਭਾਵਾਂ ਕਿੰਨਾ ਹੀ ਲੜਨਾ ਪਵੇ ਉਹਨਾਂ ਨੂੰ, ਉਹਨਾਂ ਨੂੰ ਤੁਰੰਤ ਸਾਰੀਆਂ ਪਾਰਟੀਆਂ ਦੇ ਆਗੂ ਨੂੰ ਲੈ ਕੇ ਦਿੱਲੀ ਵੀ ਜਾਣਾ ਪਵੇ, ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਮਾਰਨਾ ਪਵੇ, ਹੀ ਸ਼ੁੱਡ ਟੇਕ ਦੈਟ ਇਨੀਸ਼ੀਏਟਿਵ। ਔਰ ਜੇ ਚਾਰੋ ਪਾਸੇ ਬੀਜੇਪੀ ਨਹੀਂ ਮੰਨਦੀ ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਨੂੰ ਲੀਗਲ ਰੀਕੋਰਸ ਲੈਣਾ ਚਾਹੀਦਾ। ਹੀ ਸ਼ੁੱਡ ਮੂਵ ਦਾ ਸੁਪਰੀਮ ਕੋਰਟ ਆਫ ਇੰਡੀਆ ਕਿ ਸਾਡਾ ਰਾਈਟ ਡੈਲਿਊਟ ਕਰ ਰਹੇ ਨੇ। ਔਰ ਕਿੱਦਾਂ ਹੋ ਸਕਦਾ ਵਾ ਕਿ ਪੰਜਾਬ ਉਹਦਾ ਵੱਡਾ ਸਟੇਕ ਹੋਲਡਰ ਅਤੇ ਪੰਜਾਬ ਨੂੰ ਪੁੱਛਣ ਹੀ ਨਾ? ਚਲੋ ਹਰਿਆਣਾ ਮੰਨ ਲਿਆ ਉਹਨਾਂ ਦੀ ਸਰਕਾਰ, ਉਹਨਾਂ ਦਾ ਮੋਹਰ ਲਾ ਦੇਣ, ਉਹਨੂੰ ਵੀ ਨਹੀਂ ਪੁੱਛਿਆ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਸਰਕਾਰ ਨੂੰ ਬਿਨਾਂ ਕੌਨਫੀਡੈਂਸ ਵਿੱਚ ਲਏ ਇਹ ਜਿਹੜਾ ਫੈਸਲਾ ਹੈ ਇਹ ਸਾਨੂੰ ਕਦੀ ਪ੍ਰਵਾਨ ਨਹੀਂ ਹੋਵੇਗਾ। ਔਰ ਮੈਂ ਆਪਣੀ ਪਾਰਟੀ ਦੇ ਵਿੱਚ ਰੱਖਾਂਗਾ, ਪਾਰਟੀ ਨੂੰ ਕੋਸ਼ਿਸ਼ ਕਰਾਂਗੇ ਕਿ ਕੋਈ ਨਾ ਕੋਈ ਜ਼ਮੀਨ 'ਤੇ ਹਰਕਤ ਉਤਰ ਕੇ ਚੰਡੀਗੜ੍ਹ ਜਾਂ ਪੰਜਾਬ ਦੀ ਧਰਤੀ 'ਤੇ ਜਾਂ ਦਿੱਲੀ ਦੀ ਧਰਤੀ 'ਤੇ ਸਾਨੂੰ ਵੀ ਹੈਵ ਟੂ ਅਪੋਜ ਦਿਸ ਐਬਸੋਲੂਟਲੀ ਇਲੀਗਲ ਡਿਸੀਜਨ ਔਨ ਦਾ ਗਰਾਊਂਡ ਐਜ਼ ਵੈਲ। ਸਿਰਫ ਲਫਜ਼ਾਂ ਨਾਲ ਨਹੀਂ, ਇਹਨੂੰ ਅਸੀਂ ਜ਼ਮੀਨ 'ਤੇ ਉਤਰ ਕੇ ਇਹਦਾ ਵਿਰੋਧ ਕਰਾਂਗੇ। ਲੋੜ ਪਈ ਲਗਾਤਾਰ ਕੋਈ ਐਜੀਟੇਸ਼ਨ ਦੀ ਉਹ ਵੀ ਕਰਨੀ ਚਾਹੀਦੀ ਸਾਨੂੰ ਆਪਣੇ ਸੂਬੇ ਦੇ ਵਾਸਤੇ, ਕਿਉਂਕਿ ਇਸ ਤੋਂ ਪਹਿਲਾਂ ਸਾਡੇ ਪਾਣੀ ਖੋਏ ਹੋਏ ਨੇ ਕੇਂਦਰ ਦੀਆਂ ਸਰਕਾਰਾਂ ਨੇ, ਸਾਡੇ ਪੰਜਾਬੀ ਬੋਲਦੇ ਇਲਾਕੇ ਖੋਏ ਹੋਏ ਨੇ ਇਹਨਾਂ ਨੇ, ਸਾਡਾ ਹਲੇ ਚੰਡੀਗੜ੍ਹ ਜਿਹੜਾ ਇਹਦਾ ਡਿਸਪਿਊਟ ਚੱਲ ਰਿਹਾ ਵਾ, ਤੁਸੀਂ ਕਿਸੇ ਡਿਸਪਿਊਟਡ ਟੈਰੀਟਰੀ ਦੇ ਵਿੱਚ ਆਪ ਮੁਹਾਰੇ ਯੂਨੀਲੈਟਰਲੀ ਕੋਈ ਫੈਸਲਾ ਨਹੀਂ ਲੈ ਸਕਦੇ। ਦਿਸ ਇਜ਼ ਅਗੇਂਸਟ ਦ ਬੇਸਿਕ ਪ੍ਰਿੰਸੀਪਲ, ਦ ਪ੍ਰਿੰਸੀਪਲ ਆਫ ਨੈਚੁਰਲ ਲਾਅ, ਨੈਚੁਰਲ ਜਸਟਿਸ। ਸੋ ਉਮੀਦ ਕਰਦੇ ਹਾਂ ਕਿ ਦੇਸ਼ ਦੀ ਸਰਕਾਰ, ਪ੍ਰਾਈਮ ਮਿਨਿਸਟਰ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰਕੇ ਸਾਡਾ ਜਿਹੜਾ ਇਹਨਾਂ ਨੇ ਅਧਿਕਾਰ ਖੋਇਆ ਉਸ ਨੂੰ ਮੁੜ ਬਹਾਲ ਕਰਨਗੇ। ਮੈਂ ਸੁਣ ਰਿਹਾ ਸੀਗਾ ਹੋਮ ਮਿਨਿਸਟਰ ਕਹਿ ਰਹੇ ਚੰਡੀਗੜ੍ਹ ਕੇ ਇੰਪਲੋਈਜ਼ ਕੋ ਬਹੁਤ ਫਾਇਦਾ ਹੋਗਾ। ਕੀ ਇਕੱਲਾ ਆਰਥਿਕ ਫਾਇਦਾ ਹੀ ਲੋਕ ਭਾਲਦੇ ਨੇ? ਐਂ ਤਾਂ ਫਿਰ ਕੌਮਾਂ ਅਤੇ ਦੇਸ਼ ਸਰੈਂਡਰ ਕਰ ਦਿੰਦੇ, ਫਿਰ ਤਾਂ ਅਫਗਾਨਿਸਤਾਨ ਰਸ਼ੀਆ ਨਾਲ ਨਾ ਲੜਦਾ, ਅਫਗਾਨਿਸਤਾਨ ਅਮੈਰੀਕਾ ਨਾਲ ਨਾ ਲੜਦਾ। ਉਹਨਾਂ ਨੇ ਤਾਂ ਇਹਦੇ ਨਾਲੋਂ ਜ਼ਿਆਦਾ ਯੂਨੀਵਰਸਿਟੀਆਂ ਅਤੇ ਹਾਈਵੇਜ਼ ਅਤੇ ਮੋਲਸ ਬੜਾ ਕੁਛ ਖੜਾ ਕੀਤਾ ਸੀ ਅਫਗਾਨਿਸਤਾਨ ਦੇ ਵਿੱਚ, ਲੇਕਿਨ ਉਹਨਾਂ ਨੂੰ ਆਪਣੀ ਆਈਡੈਂਟੀ ਪਿਆਰੀ ਆ, ਉਹਨਾਂ ਨੂੰ ਆਪਣੀ ਹੋਂਦ ਪਿਆਰੀ ਸੀ। ਉਹਨਾਂ ਨੇ ਆਪਣੇ 40 ਸਾਲ ਦੋਨਾਂ ਵੱਡੀਆਂ ਤਾਕਤਾਂ ਨਾਲ ਲੜ ਕੇ ਆਪਣੇ ਦੇਸ਼ ਨੂੰ ਜਿਹੜਾ ਆਜ਼ਾਦ ਕਰਾਇਆ। ਇਸੇ ਤਰ੍ਹਾਂ ਹੀ ਪੰਜਾਬ ਨੂੰ ਆਪਣੀ ਹੋਂਦ ਪਿਆਰੀ ਆ।